बिस्मिल्लाह रहमान रहीम, अस्सलाम वालेकुम रहमतुल्लाहि व बरकातहू। सब दोस्तों को मेरा सलाम दी गया। आज की मज़ेदार वीडियो शुरू करने से पहले मेरा यूट्यूब चैनल को सब्सक्राइब कर लो, शेयर करो, बेल आइकन दबाओ। आज मज़ेदार वीडियो शुरू करते हैं। बखन लिया उतना मेहमान तो दावत सारी दावत माने दे पे सदीक तो है सदीक को लोवे दे पे सादर ठीक भी है करा दे ਸਾਡੂ ਜਿਹੜੇ ਮੈਂ ਪੈ ਮੈਂ ਤੇ ਮੁਦੱਸਰ ਬੱਖਣ ਲਈ ਆਏ ਦਾਵਤ ਖਾਣ ਵਾਸਤੇ ਇਕੱਠੇ ਹੁੰਦੇ ਪਏ ਆ ਤੇ ਮੁਦੱਸਰ ਮੇਰੇ ਨਾਲ ਮੋਟਰਸਾਈਕਲ ਚਲਾਉਂਦਾ ਪੈਂਦਾ ਹੁਣ ਲੰਮੀਆਂ ਵਾਲੀ ਰੋਡ ਤੇ ਚੜ ਗਿਆ ਸਾ ਤੇ ਇਨਸ਼ਾਅੱਲਾ ਘੰਟਾ ਸਮਾਂ ਘੰਟਾ ਜਦੋਂ ਆਏ ਬੱਖਣ ਲਈ ਪਹੁੰਚਦੇ ਸੋ ਤੇ ਹੁਣ ਤੱਕ ਮੇਰੇ ਵੀ 70 ਸਪੀਡ ਹੈ। ਇਹ ਮੀਆਂ ਵਾਲੀ ਦਾ ਰੋਡ ਹੈ ਤਕਰੀਬਨ 2-2.5 ਕਿਲੋਮੀਟਰ ਰੋਡ ਖਰਾਬ ਹੈ, ਤਕਰੀਬਨ 2-2.5 ਕਿਲੋਮੀਟਰ। ਇਹ ਸਾਈਡ ਦੇਖੋ ਸਾਰਾ ਸੁਨਸਾਨ ਇਲਾਕਾ ਹੈ। ਮਸ਼ਾਅੱਲਾ ਨਹੀਂ ਆਉਂਦੀ ਸਿਰਫ ਸਾਬਤ ਹੈ ਬਸ। ਇਹ ਚੌਕ ਮੁੰਡੇ ਦਾ ਪੀਐਸਓ ਪੰਪ ਤੇ ਨਾਲ ਛੋਟਾ ਜਿਹਾ ਹੋਟਲ ਵੀ ਹੈ ਤੇ ਤਕਰੀਬਨ ਸਾਡਾ 104 ਕਿਲੋਮੀਟਰ ਸਫ਼ਰ ਰਹਿੰਦੇ ਅਸਾਂ ਜਿੱਦਾਂ ਪੈ ਪੀਐਸਓ ਪੰਪ ਤੇ ਬੈਠੇ ਸਹੀ ਕੱਢ ਕੇ ਤਾਂ ਹੁਣ ਨਿਕਲਦੇ ਪਏ ਇਨਸ਼ਾਅੱਲਾ। ਹੁਣ ਕੋਈ ਸਫ਼ਰ ਤੱਕ ਰਹਿੰਦੇ ਹਾਂ 50 ਕਿਲੋਮੀਟਰ ਕਰਨੇ ਨੇ ਮਤਲਬ ਸਹੀ ਕੱਢ ਕੇ ਸੋ ਮੋਟਰਸਾਈਕਲ ਦਾ ਸਫ਼ਰ ਤਾਂ ਸਹੀ ਕੱਢ ਕੇ ਨਹੀਂ ਲੈ ਰਹਾ। ਇਹ ਸਿੰਗਲ ਰੋਡ ਤੋਂ ਦੁਨੀਆ ਵਾਲੀ अल्हम्दुलिल्लाह अल्हम्दुलिल्लाह अस असें चौक मुंडा पहुंच गया है। जरा मशहूर तरीक वेला मुंडा रहा है चौक मुंडे बच्चे रहा इतों समान समान केंद्र तीन बता आता चौक मुंडे बच्चे चौक मुंडा वाला शहर है तो वेला मुंडा ही चौक के बच्चे अक्सर फिरता रहा है हर वेले फिरता उन्होंने चौक तो है इतना समान समान केंद्र कपड़े शपड़े के मकान शकान बना दो समान केंद्र
50 ਕਿਲੋਮੀਟਰ ਰਹਿ ਗਿਆ। ਅਸੇ ਤੇ ਬਾਰਿਸ਼ ਆਉਣ ਲੱਗ ਗਈ ਹੈ ਤੇ ਮਾਮੂ ਸਦੀ ਗੋੜੀ ਮੋਟਰਸਾਈਕਲ ਚਲਾਇਆ ਉਹਦੇ ਅੰਦਰ ਸਾਰੇ ਸਿਨੇ ਥੀ ਗਏ ਬੋਲਾ ਸਾ ਕਿ ਨਹੀਂ ਗਾ ਕੇ ਆਕੇ ਪਹੁੰਚ ਗਿਆ ਡੂਡੂ ਬਾਗ ਹਨ ਸਾਰੇ ਹੇਕੀ ਵਿੱਚ ਛੋਟੀ ਜਿਹੀ ਨਹਿਰ ਹੈ ਇਹ ਵਾਲੀ ਇਹਦੇ ਪਰੋਂ ਵੀ ਬਾਗ ਹੈ ਸਾਰਾ ਇਹ ਨਹਿਰ ਵੈਂਦੀ ਪਈ ਛੋਟੀ ਜਿਹੀ ਇਹ ਦੇਖੋ ਸਾਰਾ ਬਾਗ ਬਾਗ ਹੈ ਇਹ ਪਤਾ ਕਹਿ ਨਹੀਂ ਹੁਣ ਕਿਹੜੀ ਸ਼ਾਇਦ ਹੈ ਮਾਲਟਿਆਂ ਦਾ ਬਾਗ ਪੁੱਛਿਆ ਲੱਗੇ ਹੁਣ ਤੇ ਦਰਖਤ ਆ ਗਏ ਘਰ ਕੋਲ ਪਹੁੰਚਣ ਵਾਲਿਆ ਤੇ ਬਸ ਹੁਣ ਟਾਈਮ ਦੀ ਕਿ 5:30 ਦਾ ਚੱਕ ਨੰਬਰ 67 'ਚ ਫਿਰਦੇ ਆਏ ਸਦੀਕ ਕੋਲੋਂ ਹੁਣ ਉਹਨੇ ਫਿਰ ਕਿੱਥੇ ਰਹੀ ਤਾਂ ਉਹਨੇ ਕਿੱਥੇ ਰਹਿੰਦੇ ਪਏ ਹੈਡ ਫਰਦੋਸ ਹੈਡ ਫਰਦੋਸ ਤੋਂ ਕਰੀਂਗੇ ਹੈਡ ਫਰਦੋਸ ਦੇ ਉਹਨਾਂ ਨੇ ਉਹ ਵੀ ਆਵਾਜ਼ ਦੇ ਤੇਰੇ ਫੋਨ ਤੇ ਤੇਰੇ ਆਵਾਜ਼ ਦੇ ਫੋਨ ਤੇ ਫੋਨ ਦੇ ਦਿੰਦੇ ਕਰ ਹੈਡ ਫਰਦੋਸ ਦੇ ਤੇ ਤੇ ਹੈਡ ਇਹ ਕਿਹਦੀ ਸ਼ਾਇਦ ਕਿਆ ਹੈ ਇਹ ਇਲਾਕੇ ਵਿੱਚ ਜੰਗਲ ਬਹੁ ਹੋਏ ਨੇ ਕਿਤੇ ਦਰਖਤ ਤੇ ਮੁੱਕਦੇ ਨਹੀਂ ਜੰਗਲ ਪਾਸੇ ਦਾ ਹਰ ਪਾਸੇ ਤੋਂ ਹੈ ਮਤਲਬ ਜੰਗਲ ਹਨ ਜ਼ਿਆਦਾ ਹਨ ਸੰਭੋਲ ਹਨ ਜ਼ਿਆਦਾ ਇਹਨਾਂ ਪਾਣੀ ਸਪੀਡ ਚੈੱਕ ਕਰੋ ਇੱਥੇ ਤਾਂ ਹੈਡ ਤੇ ਪਹੁੰਚ ਗਿਆ ਬਸ ਨੇੜੇ ਪਹੁੰਚ ਗਿਆ ਹੈਡ ਉਹ ਸਾਹਮਣੇ ਹੈਡ ਹੈ ਪਾਣੀ ਸਪੀਡ ਚੈੱਕ ਕਰੋ ਇੱਥੇ ਹੈਡ ਕਿਹੜਾ ਹੈਡ ਫਰਦੋਸ ਹੈਡ ਫਰਦੋਸ ਇੱਥੇ ਬੰਦੇ ਦੇਖਣਾ ਨੇ ਦੇਰੇ ਗਾਦੀ ਖਾਨ ਤੋਂ ਮੀਆਂ ਵਾਲੀ ਤੋਂ ਅਤੇ ਨਹਿਰ ਪੱਕੀ ਅਤੇ ਪਾਣੀ ਫੁੱਲ ਤੇਜ਼ ਆਉਣਾ ਪਏ ਚੰਗਾ ਸਪੀਡ ਨਾਲ ਪਾਣੀ ਆ ਪਏ ਇੱਥੇ ਲਿਖੀ ਪਈ ਹਰ ਸ਼ਹਿਰ ਚੰਗਾ ਸਪੀਡ ਨਾਲ ਪਾਣੀ ਆਉਂਦਾ ਪਏ ਚਾਰ ਨਹਿਰ ਇੱਕ ਦੋ ਅਤੇ ਤ੍ਰੈ ਨਹਿਰ ਨਿਕਲ ਜਾ ਪਏ ਇੱਥੋਂ ਅਤੇ ਪਾਣੀ ਚੰਗਾ ਸਪੀਡ ਨਾਲ ਹੈ ਇਹ ਨਹੀਂ ਦੇਖ ਮਤਲਬ ਕੋਈ ਥੋੜ੍ਹਾ ਇੱਥੇ ਚੜ੍ਹ ਕੇ ਲਿਖਿਆ ਨਾ ਇਹ ਦੇਖੋ ਇਹ ਬਹੁਤ ਸਪੀਡ ਨਾਲ ਪਾਣੀ ਆਉਂਦਾ ਪਿਆ ਦੇਖੋ ਬਾਗ ਬੂਟੇ ਵੜ ਕੇ ਤੇ ਇਹ ਮੌਸਮੀ ਹੋਏ ਸੀ ਪੂਰੇ ਬਾਗ ਮਾਲਟੇ ਦਾ ਤ੍ਰੈ ਕਿਸਮ ਦੇ ਤ੍ਰੈ ਕਿਸਮ ਦੇ ਕਿਹੜੇ ਕਿਹੜੇ ਹਨ ਮਾਲਟਾ ਸ਼ੱਕਰੀ ਮੌਸਮੀ ਕਿਨੂੰ ਫਰੂਟਰ ਸਾਰੇ ਤਕਰੀਬਨ ਹੈ ਬਾਗ ਹੀ ਹਨ ਮਾਲਟੇ ਦੇ ਇਹ ਕਿਸੇ ਕਹਿਣਾ ਇੱਥਾਂ ਚਾਚੂ ਹੋਣੀ ਸਾਗੂ ਤਾਜ਼ੇ ਮਿੱਠੜੇ ਖਵਾਉਂਦੇ ਖੜੇ ਪਾਟ ਪਾਟ ਕੇ ਤਾਜ਼ੇ ਇਹ ਦੇਖੋ ਇਹ ਮੈਂ ਖਾਂਦਾ ਖੜਾ ਇਹ ਮੋਹਮਦ ਸਦੀਕ ਨੇ ਹੁਣ ਆਪਣੇ ਵਾਸਤੇ ਪਟੈਂਦੇ ਪੈਣ ਇਹ ਤਕਰੀਬਨ ਅਸਾਂ 10-12 ਖਾ ਕੇ ਦੇਣ ਇਹ ਤਾਜ਼ੇ ਪਟ ਕੇ ਤਾਜ਼ੇ ਖਾਣ ਦੀ ਆਪਣੇ ਆਪਣੀ ਚਾਸ ਹੈ ਹੁਣ ਅਸੀਂ ਜੰਗਲ ਦੇ ਵਿੱਚ ਜਾਂਦਾ ਪਿਆ ਰਾਹ ਅਤੇ ਹੁਣ ਸਿੱਧਾ ਤਾਂ ਉਹਨਾਂ ਦੇ ਚੱਕ 67 ਪਹੁੰਚ ਗਏ ਜੰਗਲ ਦੇ ਵਿੱਚ ਵਿੱਚੋਂ 67